ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
guru va 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 guru va
guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru va guru
guru va 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 guru va
Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Guru Va Vaheguru Ji Ka Khalsa Vaheguru Ji Ki Fateh Vaheguru Ji Ka Khalsa Vaheguru Ji Ki Fateh ਫਰੀਦਾ ਮੌਤੇ ਦਾ ਬੰਨਾ ਮੌਤੇ ਦਾ ਬੰਨਾ ਇਵੇਂ ਦਿਸੇ ਇਵੇਂ ਦਿਸੇ ਇਸ ਤਰ੍ਹਾਂ ਦਿਸ ਰਿਹਾ ਹੈ ਮੌਤ ਦਾ ਬੰਨਾ ਜਿਉਂ ਦਰੀ ਆਵੇ ਢਾਹਾ ਜਿਉਂ ਦਰੀ ਆਵੇ ਢਾਹਾ ਜਿਸ ਤਰ੍ਹਾਂ ਇੱਕ ਹੜ ਆਏ ਦਰਿਆ ਨੇ ਢਾਹ ਲਾਈ ਹੋਵੇ ਅਤੇ ਖੋਰ ਖੋ ਕੇ ਜ਼ਮੀਨ ਨੂੰ ਵਿੱਚ ਆਪਣੇ ਮਲਾਈ ਜਾਂਦਾ ਹੈ ਇਸ ਤਰ੍ਹਾਂ ਅੱਜ ਦੇ ਸਮੇਂ 'ਚ ਮੌਤ ਨੇ ਤਾਂਡਵ ਨਚਾਇਆ ਹੋਇਆ ਹੈ ਦਸ ਹਜ਼ਾਰ ਵੀਹ ਹਜ਼ਾਰ ਚਾਲੀ ਹਜ਼ਾਰ ਲੱਖਾਂ ਤੱਕ ਗਿਣਤੀ ਚਲੇਗੀ ਮੌਤ ਆਪਣੇ ਮੂੰਹ 'ਚ ਪਾਈ ਜਾਂਦੀ ਜੋ ਦਿਨ ਆਵੇ ਰੋਜ਼ ਤਮਾਸ਼ਾ ਹੋ ਰਿਹਾ ਹੈ ਦਿਨ ਚੜ੍ਹਦਾ ਹੈ ਲੰਘ ਜਾਂਦਾ ਹੈ ਸੌ ਦਿਨ ਜਾਹੀ ਜਿਹੜਾ ਦਿਨ ਆਉਂਦਾ ਉਹ ਚਲਿਆ ਜਾਂਦਾ ਹੈ ਕਰਨਾ ਕੂਚ ਸਾਰਿਆਂ ਨੇ ਸਭਨਾ ਸਹੁਰੇ ਵੰਜਣਾ ਸਾਰੀਆਂ ਨੇ ਜਾਣਾ ਸਹੁਰੇ ਜਿੰਦ ਵਹੁਟੀ ਮਰਨ ਵਾਰ ਮੌਤ ਨੇ ਵਰ ਵੈ ਬਣ ਕੇ ਲਾੜਾ ਬਣ ਕੇ ਇਸ ਜਿੰਦ ਨੂੰ ਵਹੁਟੀ ਬਣਾ ਕੇ ਵਿਆਹ ਕੇ ਲੈ ਜਾਣਾ ਲੈ ਜਾ ਸੀ ਪਰਣਾਏ ਜੋ ਦਿਨ ਆਵੇ ਸੋ ਦਿਨ ਜਾਈ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ ਇਸ ਉਮਰ ਦੀ ਵਹਿੰਦੀ ਹੋਈ ਨਦੀ ਨੂੰ ਅੱਜ ਪਾਣੀ ਕਿੱਥੇ ਸੀ ਕੱਲ੍ਹ ਪਾਣੀ ਕਿੱਥੇ ਆ ਕੱਲ੍ਹ ਨੂੰ ਕਿੱਥੇ ਆ ਕੱਲ੍ਹ ਨੂੰ ਕਿੱਥੇ ਆ ਕੱਲ੍ਹ ਨੂੰ ਕਿੱਥੇ ਆ ਕਦੀ ਨਹੀਂ ਵਹਿੰਦਾ ਲੰਘਿਆ ਖਾਣਾ ਪੀਣਾ ਹੱਸਣਾ ਸੌਣਾ
ਵਿਸਰ ਗਿਆ ਹੈ ਮਰਨਾ, ਖਾ ਲਿਆ ਪੀ ਲਿਆ ਹੱਸ ਲਿਆ ਸੌਂ ਲਿਆ, ਇੰਨੀ ਕੁ ਖੇਡ ਹੈ ਦੀ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਕਦੀ ਅੱਖਾਂ ਖੋਲ੍ਹ ਕੇ ਵੇਖਿਆ ਹੀ ਨਹੀਂ ਮੇਰੀ ਕਿੰਨੀ ਲੰਘ ਗਈ। ਅੱਜ ਦੇ ਪੀਰੀਅਡ ਵਿੱਚ ਜਿਹੜਾ ਹੁਣ ਟਾਈਮ ਹੈ ਰਾਤ ਦੇ 8 ਵਜੇ 8:30, ਤੂੰ ਕਦੀ ਸੋਚਿਆ ਇੱਕ ਦਿਨ ਹੋਰ ਲੰਘ ਗਿਆ? ਕਦੀ ਸੋਚਿਆ ਹੀ? ਦੁੱਧਾ ਥਣੀ ਨਾ ਆ ਵੀ ਫਿਰ ਹੋਏ ਨਾ ਮੇਲਾ। ਜੇ ਤੂੰ ਕਹੇ ਨਿਕਲੇ ਹੋਏ ਸਵਾਸ ਮੇਰੇ ਸਰੀਰ ਵਿੱਚੋਂ ਦੁਬਾਰਾ ਸਰੀਰ 'ਚ ਪੈ ਜਾਣੇ, ਸੜਨਾ ਇਸ ਤਰ੍ਹਾਂ ਨਹੀਂ ਹੋ ਸਕਦਾ। ਬਾਬੇ ਫਰੀਦ ਨੇ ਬੜਾ ਪਿਆਰਾ ਬਚਨ ਤੈਨੂੰ ਦੱਸਿਆ ਸੀ, ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਇਹ ਜਿਹੜੇ ਬੁੱਕਾਂ ਦੇ ਬੁੱਕ ਰੋਜ਼ ਸੁੱਟੀ ਜਾਂਦਾ ਹੈ ਨਾ, ਸਵਾਸਾਂ ਦੇ ਤਿਲ 24,000 ਰੋਜ਼ ਦੇ ਗਵਾਈ ਜਾਂਦਾ ਹੈ। ਬਾਬਾ ਫਰੀਦ ਕਹਿੰਦਾ ਜੇ ਮੈਂ ਜਾਣ ਲੈਂਦਾ ਤਾਂ ਸੰਭਲ ਕੇ ਬੁੱਕ ਭਰਦਾ। ਸੁੱਤਿਆਂ ਸਵਾਸ ਜ਼ਿਆਦਾ ਖਰਚ ਹੁੰਦੇ। ਇੱਕ ਗੱਲ ਨੋਟ ਕਰੋ, ਗੁਰਮੁਖ ਰੂਹਾਂ ਕਹਿੰਦੀਆਂ ਜਿੰਨਾ ਬਹੁਤਾ ਸੌਂਗੇ ਉਨੇ ਬਹੁਤੇ ਸਵਾਸ ਖਰਾਬ ਹੋਣਗੇ, ਖਰਚ ਹੋਣਗੇ। ਤੁਸੀਂ ਕਦੀ ਦੇਖਦੇ ਹੋ ਜਦੋਂ ਸੁੱਤੇ ਉੱਠੋ ਤੁਹਾਡਾ ਸਰੀਰ ਬਹੁਤ ਗਰਮ ਹੁੰਦਾ, 2-4 ਮਿੰਟ ਬਾਅਦ ਤੁਸੀਂ ਇਸ਼ਨਾਨ ਕਰਦੇ ਹੋ, ਸਰੀਰ ਗਰਮਿਆ ਠੰਡਾ ਹੋ ਲੈ, ਨੋਰਮਲ ਹੋ ਜਾਏ। ਇੱਥੋਂ ਪਤਾ ਲੱਗਾ ਮਸ਼ੀਨਰੀ ਦਾ ਜ਼ਿਆਦਾ ਜ਼ੋਰ ਲੱਗ ਰਿਹਾ ਸੀ, ਸਵਾਸਾਂ ਦਾ ਜ਼ਿਆਦਾ ਖਰਚ ਹੋ ਰਿਹਾ ਸੀ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਛੋ ਨੱਡੜਾ ਛੋ ਨੱਡੜਾ ਤਾਂ ਥੋੜਾ ਮਾਣ ਕਰੀ। ਬਾਬਾ ਕਹਿੰਦਾ ਜਿਹੜਾ ਦਿਨ ਆਇਆ ਉਹ ਚਲੇ ਗਿਆ, ਕਿੱਦਣ ਵੇਖੇਗਾ, ਕਿੱਦਣ ਅੱਖ ਖੋਲੇਗਾ? ਅੱਜ ਦਾ ਵੀ ਗਿਆ। ਜਿੱਦਣ ਤੂੰ ਜਾਗ ਉੱਠਿਓ, ਇੱਕ ਇੱਕ ਦਿਨ ਦੀ ਕੀਮਤ ਪੈ ਜਾਣੀ, ਇੱਕ ਇੱਕ ਦਿਨ ਦੀ ਨਹੀਂ ਇੱਕ ਇੱਕ ਸਵਾਸ ਦੀ ਕੀਮਤ ਪੈ ਜਾਣੀ। ਫਿਰ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਫਿਰ ਤਾਂ ਇੱਕ ਦਮ ਵੀ ਤੈਨੂੰ ਪਤਾ ਲੱਗ ਜਾਣਾ ਇੰਨਾ ਤੇਰੀ ਚੇਤਨਤਾ ਨੂੰ, ਜੋ ਦਮ ਚੇਤਨਾ ਆਵਈ ਸੋ ਦਮ ਬਿਰਥਾ ਜਾਏ। ਜਿਹੜੇ ਦਮ ਨਾਲ ਵਾਹਿਗੁਰੂ ਨਹੀਂ ਆਉਂਦਾ ਸਮਝ ਲਓ, ਨਿਕਲ ਤਾਂ ਗਿਆ ਸਰੀਰ ਵਿੱਚੋਂ ਮਗਰ ਕੌਡੀਆਂ ਦੇ ਪਾ, ਉਹਦੀ ਕੋਈ ਕੀਮਤ ਨਹੀਂ ਪਈ। ਇੱਕ ਸਾਧੂ ਕਹਿੰਦਾ ਸੀ ਜੇ ਹੀਰਾ ਦੇ ਕੇ ਹੀਰਾ ਖਰੀਦ ਲਿਆ ਜਾਵੇ ਤਾਂ ਖਰੀਦਦਾਰ ਨੂੰ ਘਾਟਾ ਨਹੀਂ ਪੈਂਦਾ। ਨੋਟ ਕਰੋ, ਹੱਥੋਂ ਵੀ ਹੀਰਾ ਦਿੱਤਾ ਹੋਵੇ ਤਾਂ ਖਰੀਦ ਵੀ ਹੀਰਾ ਲਿਆ ਜਾਵੇ, ਉਹਦੇ ਤੋਂ ਕੀਮਤੀ ਤਾਂ ਘਾਟਾ ਨਹੀਂ ਪੈਂਦਾ। ਇਸ ਸਵਾਸ ਨਾਲ ਤੁਸੀਂ ਅਰਬਾਂ ਰੁਪਈਏ ਦਾ ਇੱਕ ਸਵਾਸ ਨਾਲ ਵਪਾਰ ਕਰ ਲਓ ਤਾਂ ਵੀ ਘਾਟੇ 'ਚ। ਜੇ ਤੁਸੀਂ ਇਸ ਸਵਾਸ ਨਾਲ ਵਾਹਿਗੁਰੂ ਕਹਿ ਲਓ
ਐਸੋ ਹੀਰਾ ਨਿਰਮਲ ਨਾਮ, ਜਿਹੜਾ ਨਿਰਮਲ ਨਾਮ ਉਹ ਵੀ ਹੀਰਾ ਹੈ, ਇੱਧਰ ਸਵਾਸ ਮੇਰਾ ਵੀ ਹੀਰਾ ਹੈ। ਜਿਹੜਾ ਸਵਾਸ ਦਿੱਤਾ ਇਹਦੇ ਤੋਂ ਕਿਤੇ ਕੀਮਤੀ ਆ ਵਾਹਿਗੁਰੂ ਹੀਰਾ। ਬਿਜ਼ਨਸ ਬੜਾ ਤਗੜਾ ਹੋਇਆ, ਜੋ ਹੱਥੋਂ ਦਿੱਤਾ ਉਹ ਤੋਂ ਕੀਮਤੀ ਚੀਜ਼ ਖਰੀਦੀ। ਤਾਂ ਲਿਖਿਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਮੂਲੀ ਜਿਹੜੀ ਲੈ ਕੇ ਪਰਮੇਸ਼ਵਰ ਦੇ ਘਰੋਂ ਇਹ ਜਿੰਦ ਆਈ ਉਹ ਵੀ ਗਵਾ ਕੇ ਚੱਲ ਜਾਂਦੀ। ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੂਛ ਰਹਿਣ ਥਿਰ ਨਾਈ, ਸੰਗ ਚਲਤ ਹੈ। ਭਾਈ ਨਿਰਮਲ ਸਿੰਘ ਸਾਹਿਬ ਚਲੇ ਗਏ, ਕੱਲ ਦੱਸਿਆ ਸੀ ਅਖੰਡ ਕੀਰਤਨੀ ਸਿੰਘ ਜਥੇ ਚਲੇ ਗਏ, ਗੁਰਮੁਖ ਪਿਆਰੀਆਂ ਰੂਹਾਂ ਹੋਰ, ਕੋਈ ਲੁਧਿਆਣੇ ਦਾ ASCP ਚਲੇ ਗਿਆ, ਕੋਈ ਭੈਣ ਕੋਈ ਭਰਾ ਕੋਈ ਸੱਜਣ ਕੋਈ ਮਿੱਤਰ ਤੁਰੇ ਜਾ ਰਹੇ, ਹੋਰ ਵੀ ਜਾ ਰਹੇ ਨੇ, ਬੇਅੰਤ ਜਾ ਰਹੇ ਜਿਨ੍ਹਾਂ ਦਾ ਪਤਾ ਨਹੀਂ, ਇਹ ਸਭ ਤੁਰੇ ਜਾ ਰਹੇ ਨੇ ਅਤੇ ਕੋਲੋਂ ਹੀ ਜਾ ਰਹੇ, ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣੋ। ਇੰਨਾ ਬੇਪਰਵਾਹ ਹੈ, ਇੰਨਾ ਗਾਫਲ ਹੈ, ਦੇਖ ਨਹੀਂ ਰਿਹਾ। ਦੂਰ ਗਵਨ, ਦੂਰ ਤੱਕ ਤੁਰ ਲਈ। ਮਸਕੀਨ ਸਾਹਿਬ ਕਹਿੰਦੇ ਕਿਸੇ ਲੰਮੀ ਛੱਤ 'ਤੇ ਬੰਦਾ ਤੁਰਿਆ ਜਾਵੇ ਤੁਰਿਆ ਜਾਵੇ ਤੁਰਿਆ ਜਾਵੇ, ਇੱਕ ਜਗ੍ਹਾ 'ਤੇ ਛੱਤ ਮੁੱਕ ਜਾਣੀ, ਠਾ ਕਰਦਾ ਥੱਲੇ ਡਿੱਗਣਾ। ਇਸ ਤਰ੍ਹਾਂ ਹੀ ਕਿੰਨੀ ਲੰਮੀ ਤੋਂ ਲੰਮੀ ਜ਼ਿੰਦਗੀ ਵੀ ਆ, ਅਖਰ 'ਤੇ ਦਾ ਐਂਡ ਹੋਣਾ। ਅੱਜ ਬਾਬਾ ਫਰੀਦ ਬੜੇ ਪਿਆਰੇ ਬਚਨ ਕਹਿੰਦਾ, ਕਹਿੰਦਾ ਤੈਨੂੰ ਪਤਾ ਹੈ, ਅੱਜ ਤਾਂ ਤੈਨੂੰ ਪਤਾ ਹੈ ਅਤੇ ਡੰਕਾ ਵਜਾ ਕੇ ਆ ਰਹੀ, ਕਈ ਵਾਰ ਤਾਂ ਹੁੰਦਾ ਚਿੱਪ ਚਪੀਤੇ ਆ ਗਈ, ਹੁਣ ਤਾਂ ਡੰਕੇ ਵਜਾਏ ਨੇ। ਜਮ ਦੀਆ ਦਮਾਮਾ ਆਏ, ਜਮ ਦੀਆ ਦਮਾਮਾ ਆਏ, ਉਹ ਤਾਂ ਦਮਾਮੇ ਵਜਾਉਂਦਾ ਆਉਂਦਾ ਹੈ, ਉਹਦੇ ਢੋਲ ਵਜਾ ਕੇ ਆ ਗਿਆ ਵੀ ਹੁਣ ਮੈਂ ਛੁਪ ਕੇ ਨਹੀਂ ਹੋਇਆ, ਮੈਂ ਆ ਗਿਆ ਹੀ। ਫਰੀਦਾ ਮੌਤ ਦਾ ਬੰਨਾ ਇਵੇਂ ਦਿਸੇ ਜਿਉਂ ਦਰਿਆਵੇ ਟਹਾ, ਅਤੇ ਇਹ ਨਹੀਂ ਵੀ ਮੌਤ ਫੜ ਕੇ ਲੈ ਜੂ ਕਿਤੇ ਅੱਗੇ ਕਿਤੇ ਪਲੰਘ 'ਤੇ ਪਾ ਦੇਣਾ ਹੈ। ਅੱਗੇ ਦੋਜਕ ਤਪਿਆ ਸੁਣੀਏ, ਦੋਜਕ ਕਹਿੰਦੇ ਨਰਕ ਨੂੰ, ਇਹ ਮੰਨਣ ਵਾਲਿਆਂ ਲਈ ਹੈ, ਨਾ ਮੰਨਣ ਵਾਲਿਆਂ ਨੂੰ ਨਹੀਂ ਮੈਂ ਕਹਿ ਰਿਹਾ। ਵੈਸੇ ਤਾਂ ਬਾਣੀ ਸਾਰੇ ਸੰਸਾਰ ਦੀ ਸਾਂਝੀ, ਮਗਰ ਜਿਹੜਾ ਇਹ ਮੰਨਦਾ ਹੀ ਨਹੀਂ ਵੀ ਮੈਂ ਅੱਗੇ ਅੱਗੇ ਜਾਣਾ ਹੈ, ਅੱਗੇ ਨਰਕ ਆ, ਅੱਗੇ ਸੁਰਗ ਆ, ਜੋ ਗੁਰਬਾਣੀ 'ਚ ਲਿਖਿਆ ਮੈਨੂੰ ਕਲਪਤ ਗੱਲਾਂ, ਚਲੋ ਉਹਨਾਂ ਨੂੰ ਉਹ ਮੁਬਾਰਕ। ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਸਤਿਗੁਰੂ ਦੇ ਅੰਮ੍ਰਿਤ ਵਚਨਾਂ ਨਾਲ ਆਪਣੀ ਸੁਰਤੀ ਜੁੜਦੇ। ਅੱਗੇ ਦੋਜਕ ਤਪਿਆ ਸੁਣੀਏ, ਬਾਣੀ 'ਚ ਬਾਬਾ ਫਰੀਦ ਜੀ ਕਹਿੰਦੇ ਅੱਗੇ ਸੁਣਿਆ ਹੈ ਵੀ ਨਰਕਾਂ 'ਚ ਬੜੀ ਅੱਗ ਅਤੇ ਬੜੇ ਕੜਾਹੇ ਤਪ ਰਹੇ ਨੇ। ਅੱਗੇ ਦੋਜਕ ਤਪਿਆ ਸੁਣੀਏ, ਜਿਹੜੀਆਂ ਫਿਕਰਮੰਦ ਗੁਰਮੁਖ ਰੂਹਾਂ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿਤੇ ਅਸੀਂ ਜਾਣਾ ਹੈ, ਹੂਲ ਪਵੇ ਕਾ ਹਾ ਹਾ, ਅੰਦਰ ਹੂਲ ਉੱਠਦੇ ਨੇ, ਹਾ ਹਾ ਹਾਏ ਹਾਏ ਹੁੰਦੀ, ਅਤੇ ਉਸ ਹੈ ਦੇ ਵਿੱਚੋਂ ਵਾਹੇ ਵਾਹੇ ਨਿਕਲਦੀ। ਭੈ ਵਿੱਚ ਨਿਰਭਉ ਪਾਇਆ, ਡਰ ਵਿੱਚ ਰੱਬ ਚੇਤੇ ਆ ਗਿਆ। ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜੇ ਕੇ ਘਰ ਆਇਆ, ਡਰਦਿਆਂ ਹੀ ਵਾਹਿਗੁਰੂ ਨਿਕਲਿਆ। ਇੱਕ ਦਿਨ ਐਸੀ ਅਵਸਥਾ ਬਣੀ, ਸਹਿਜ ਵਿੱਚ ਆ ਗਿਆ।
ਡਰ ਵਿੱਚੋਂ ਭਾਉ ਪੈਦਾ ਹੁੰਦਾ, ਭਾਉ ਪੈਦਾ ਹੁੰਦਾ ਅਤੇ ਭਾਉ ਵਿੱਚੋਂ ਰੱਬ ਪੈਦਾ ਹੁੰਦਾ। ਮੇਰੇ ਸਾਹਿਬ ਜੀ ਕਹਿੰਦੇ ਹੂਲ ਪਵੇ ਕਾ ਹਾ ਹਾ, ਬੜੀ ਚੋਟ ਗਹਿਰੀ ਮਾਰੀ। ਬਾਬਾ ਫਰੀਦ ਕਹਿੰਦਾ ਮੌਤ ਤੁਰੀ ਆ ਰਹੀ ਆ, ਇਸ ਘੜੀ ਵੀ ਇਕਨਾਂ ਨੂੰ ਸਭ ਸੋਝੀ ਆਈ। ਇੱਕ ਤਾਂ ਗੁੜਕੇ ਫੜ ਕੇ ਬਹਿ ਗਏ, ਵਾਹਿਗੁਰੂ ਸੋਝੀ ਆ ਗਈ ਵੀ ਸੱਜਣੋ ਚਲੇ ਜਾਣਾ ਹੈ, ਸਭਨਾ ਸਹੁਰੇ ਮੰਝਣਾ, ਸਭ ਮੁਕਲਾਵਣ ਹਾਰ, ਸਾਰੀਆਂ ਨੇ ਸਹੁਰੇ ਜਾਣਾ ਹੈ, ਸਾਰੀਆਂ ਮੁਕਲਾਵੇ ਜਾਣਾ ਹੈ, ਮਗਰ ਸਾਰੀਆਂ ਨੂੰ ਉੱਥੇ ਆਦਰ ਨਹੀਂ ਮਿਲਣਾ, ਸਾਰੀਆਂ ਨੂੰ ਜੀ ਆਇਆਂ ਨਹੀਂ ਕਹਿਣਾ। ਨਾਨਕ ਧੰਨ ਸੁਹਾਗਣੀ ਜਿਨਸ਼ੈ ਨਾਲ ਪਿਆਰ, ਜਿਹਨੂੰ ਪਤੀ ਨਾਲ ਪਿਆਰ ਸੀ ਨਾ, ਇੱਥੇ ਹੀ ਪਈ ਅੜੇ ਸ਼ੋ ਸੇਵ ਤੂੰ, ਪੇਕੇ ਘਰ 'ਚ ਹੀ ਜਿਹਨੇ ਇਹ ਚੇਤਾ ਰੱਖਿਆ ਮੈਂ ਪਤੀ ਦੇ ਘਰ 'ਚ ਜਾਣਾ ਹੈ। ਸਹੁਰੜੇ ਸੁੱਖ ਵਸ, ਸਹੁਰੜੇ ਸੁੱਖ ਵਸ, ਸਹੁਰੇ ਗਈ ਬੜਾ ਪਿਆਰ ਕੀਤਾ ਉਹਨਾਂ, ਬੜੀ ਸੁਖੀ ਰਹੀ। ਸਤਿਗੁਰੂ ਜੀ ਕਹਿੰਦੇ ਇਕਨਾਂ ਨੂੰ ਸਭ ਸੋਝੀ ਆਈ। ਇੱਕ ਭਾਵੇਂ ਮੌਤ ਤੋਂ ਡਰ ਕੇ ਵਾਹਿਗੁਰੂ ਵਾਹਿਗੁਰੂ ਕਿਹਾ, ਪੈ ਵਿੱਚ ਹੀ ਕਿਹਾ, ਮੌਤ ਯਾਦ ਆ ਗਈ, ਸ੍ਰੀ ਸੁਖਮਨੀ ਸਾਹਿਬ ਯਾਦ ਆ ਗਈ, ਬੜਾ ਮੁਬਾਰਕ ਸੌਦਾ ਹੈ। ਮੌਤ ਯਾਦ ਆ ਗਈ, ਅੰਮ੍ਰਿਤ ਵੇਲਾ ਚੇਤੇ ਆ ਗਿਆ। ਵੈਸੇ ਵੀ ਉਹਨੇ ਬੜੀ ਬਖਸ਼ਿਸ਼ ਕੀਤੀ, ਵਿਹਲਿਆਂ ਕੀਤਾ, ਹੁਣ ਕੀ ਭੱਜ ਲਾਏਗਾ, ਮੇਰੇ ਕੋਲ ਤਾਂ ਟਾਈਮ ਹੈ ਨਹੀਂ ਸੀ ਜੀ, ਹੁਣ ਤਾਂ 24 ਘੰਟੇ ਟਾਈਮ ਆ, ਹੁਣ ਤਾਂ ਘੰਟੇ ਘੰਟੇ ਦੀ ਸ਼ਿਫਟ ਲਾਵੇਂ ਤੂੰ, ਅਤੇ 3-4 ਸ਼ਿਫਟਾਂ ਲਾ ਸਕਦਾ ਹੈ ਤੂੰ, ਸਹਿਜ ਪਾਠ ਕਰ ਸਕਦਾ ਹੈ, 2-2, 4-4, 5-5 ਅੰਗ ਕਰ ਸਕਦਾ ਹੈ, ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸਾਰਾ ਦਿਨ ਦੇ ਵਿੱਚ 6-6 ਅਸ਼ਟਪਦੀਆਂ ਕਰਕੇ 4 ਵਾਰ ਤੂੰ ਪੜ੍ਹ ਸਕਦਾ ਹੈ, ਸ੍ਰੀ ਜਪਜੀ ਸਾਹਿਬ ਪੜ੍ਹ ਸਕਦਾ ਹੈ, 5 ਬਾਣੀਆਂ ਪੜ੍ਹ ਸਕਦਾ ਹੈ, ਅੰਮ੍ਰਿਤ ਵੇਲਾ ਸੰਭਾਲ ਸਕਦਾ, ਹੁਣ ਤਾਂ ਰਾਤ ਦਿਨ ਕੰਮ ਹੀ ਕੋਈ ਨਹੀਂ। ਇਕਨਾਂ ਨੂੰ ਸਭ ਸੋਝੀ ਆਈ, ਇਕਨਾਂ ਨੂੰ ਤਾਂ ਸਾਰੀ ਸੋਝੀ ਆਈ, ਇੱਕ ਫਿਰਦੇ ਬੇਪਰਵਾਹ, ਇੱਕ ਬਾਹਾਂ ਟੰਗੀ ਫਿਰਦੇ ਨੇ ਅਜੇ ਵੀ, ਆਕੜ ਹਟੀ ਨਹੀਂ, ਹੰਕਾਰ ਹਟਿਆ ਨਹੀਂ, ਉਹ ਜਿਹੜੀ ਹੰਕਾਰ ਦੀ ਕਲਗੀ ਲਾਈ ਬੈਠਾ ਸੀ ਉਹ ਢਿੱਲੀ ਨਹੀਂ ਹੋਈ। ਜੋ ਅਸਮਾਨ ਨਾ ਮਾਮਨੀ, ਜੋ ਨਾ ਮਾਮਨੀ, 3 ਨੱਕ ਨੱਥਾਂ ਪਾਏ, ਊਠ ਦਾ ਮੂੰਹ ਸਦਾ ਉੱਚਾ ਅਸਮਾਨ ਨੂੰ ਹੁੰਦਾ ਹੈ, ਅਤੇ ਉੱਚੇ ਮੂੰਹ ਕਰਕੇ ਉਹਦੇ ਨੱਕ ਵਿੱਚ ਨੱਥ ਪਾ ਕੇ ਬਰੀਕ ਜਿਹੀ, ਉਹਦੀ ਧੌਣੀ ਵੀ ਕੀਤੀ ਜਾਂਦੀ। ਰੱਬ ਵੀ ਇਸ ਤਰ੍ਹਾਂ ਹੰਕਾਰੀਆਂ ਦੇ ਨੱਕਾਂ ਵਿੱਚ ਨੱਥ ਪਾਉਂਦਾ ਹੈ, ਵੀ ਲਿਆ ਆ ਜਾ ਫਿਰ, ਜੇ ਧੌਣ ਥੱਲੇ ਨਹੀਂ ਹੁੰਦੀ ਤਾਂ ਤੇਰੇ ਨੱਕ 'ਚ ਨੱਥ ਪਾਵਾਂ। ਊਠ ਨਾਲੋਂ ਕਿਤੇ ਸ਼ਕਤੀਸ਼ਾਲੀ ਹਾਥੀ ਹੁੰਦਾ ਹੈ, ਮਗਰ ਉਹਦਾ ਸਿਰ ਨੀਵਾਂ ਹੁੰਦਾ, ਉਹਦੇ ਨੱਕ 'ਚ ਕੋਈ ਨੱਥ ਨਹੀਂ ਪਾਉਂਦਾ, ਚੰਗੀ ਤਰ੍ਹਾਂ ਵੇਖ ਲਓ। ਊਠ ਨਾਲੋਂ ਹਾਥੀ ਕਿਤੇ ਸ਼ਕਤੀਮਾਨ ਹੈ, ਮਗਰ ਉਹਦੇ ਨੱਕ ਵਿੱਚ ਨੱਥ ਤਾਂ ਨਹੀਂ ਪੈਂਦੀ, ਉਹਦਾ ਸਿਰ ਨੀਵਾਂ ਹੁੰਦਾ, ਤਾਂ ਸਿਰ ਚੁੱਕ ਕੇ ਨਹੀਂ ਤੁਰਦਾ। ਮੇਰਾ ਬਾਬਾ ਕਹਿੰਦਾ ਅੱਜ ਦੇ ਸਮਾਜ ਵਿੱਚ ਵੀ ਮੌਤ ਤੁਰੀ ਆ ਰਹੀ ਮੌਤ ਮੇਰੇ ਵੱਲ ਨੂੰ,
ਅੱਜ ਨਹੀਂ ਤੇ ਕੱਲ ਮੌਤ ਨੇ ਮੈਨੂੰ ਪਕੜ ਲੈਣਾ ਆਣ ਕੇ, ਫਿਰ ਵੀ ਸਿਰ ਨਹੀਂ ਨੀਵਾਂ ਕਰ ਰਿਹਾ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹ। ਬਾਬਾ ਫਰੀਦ ਪਿੱਛੇ ਜਾ ਕੇ ਕਹਿੰਦਾ, ਫਰੀਦਾ ਅਮਲ ਜੇ ਕੀਤੇ ਦੁਨੀਆਂ ਵਿੱਚ, ਜੇ ਚੰਗੇ ਕੰਮ ਇਸ ਦੁਨੀਆਂ ਵਿੱਚ ਕੀਤੇ ਹੋਣਗੇ ਨਾ, ਤਾਂ ਤੇਰੇ ਭਰਾ ਨੇ ਤਾਂ ਤੇਰੀ ਗਵਾਹੀ ਨਹੀਂ ਦੇਣੀ, ਤੇਰੀ ਮਾਂ ਨੇ ਤੇਰੀ ਗਵਾਹੀ ਨਹੀਂ ਦੇਣੀ, ਤੇਰੀ ਔਰਤ ਨੇ, ਤੇਰੇ ਇਸ ਸਮਾਜ ਨੇ ਗਵਾਹੀ ਨਹੀਂ ਦੇਣੀ ਜਿਹੜੇ ਸਮਾਜ ਨੂੰ ਤੂੰ ਦੋਸਤ ਬਣਾ ਕੇ ਬੈਠਾ ਆ, ਕਿਸੇ ਗਵਾਹੀ ਨਹੀਂ ਦੇਣੀ ਉੱਥੇ ਤੇਰੀ ਜਾ ਕੇ। ਹਾਂ, ਤੇਰੇ ਕੀਤੇ ਕੰਮ ਜਿਹੜੇ ਨੇ ਇਹ ਤੇਰੀ ਗਵਾਹੀ ਦੇਣਗੇ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਨੇਕ ਕੀਤੇ ਹੋਏ ਕਰਮ ਤੇਰੀ ਗਵਾਹੀ ਦੇਣਗੇ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਫਿਰ ਸੱਜਣ ਤਾਂ ਚੰਗੇ ਕੰਮ ਨੇ ਨਾ, ਸੱਜਣ ਬੰਦੇ ਨਹੀਂ, ਉਹ ਤਾਂ ਸਾਰੇ ਹੀ ਇੱਥੇ ਰਹਿ ਗਏ। ਹੁਣ ਤਾਂ ਵੇਖ ਕੇ ਖੂਬ ਤਮਾਸ਼ਾ ਹੋਇਆ, ਕੋਈ ਮਗਰ ਤੱਕ ਵੀ ਨਹੀਂ ਜਾਂਦਾ, ਕੰਮ ਹੀ ਨਿਬੜ ਗਿਆ। ਇਹ ਤੇਰੇ ਨਾਲ ਜਾਣਗੇ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ। ਉਹ ਸੱਜਣ ਕੀ ਨੇ? ਚੰਗੇ ਗੁਣ। ਸੱਜਣਾ ਇਹ ਸ਼ਰਾਬ ਦੀਆਂ ਬੋਤਲਾਂ ਨਾਲ ਨਹੀਂ ਜਾਣੀਆਂ, ਸੱਜਣਾ ਇਹ ਤਾਸ਼ ਦੇ ਪੱਤੇ ਨਾਲ ਨਹੀਂ ਜਾਣੇ, ਇਹ ਰੱਖੇ ਹੋਏ ਬੈਂਕਾਂ ਵਿੱਚ ਅਰਬਾਂ ਰੁਪਈਏ ਨਾਲ ਨਹੀਂ ਜਾਣੇ, ਕੁਛ ਨਹੀਂ ਨਾਲ ਜਾਣਾ, ਚੰਗੇ ਕੰਮ ਜਾਣੇ। ਹਰ ਵਕਤ ਬੰਦੇ ਨਾ ਖਿਦਮਤ ਵਸਾਰ, ਹਰ ਘੜੀ ਬੰਦੇ ਆ ਸੇਵਾ ਨਾ ਭੁੱਲ, ਨਿਮਰਤਾ ਨਾ ਭੁੱਲ। ਗਫਲਤ ਔਰ ਮਸਤੀ ਮੈਂ ਬਾਜੀ ਨਾ ਹਾਰ, ਗਫਲਤ ਅਤੇ ਮਸਤੀ ਕਰਦਾ ਕਰਦਾ ਕਿਤੇ ਬਾਜੀ ਨਾ ਹਾਰ ਜਾਈਂ। ਅਜੇ ਵੀ ਤੂੰ ਬਾਜ ਨਹੀਂ ਆ ਰਿਹਾ, ਸਾਹਮਣੇ ਦਿਸ ਹੀ ਰਿਹਾ, ਫੇਸਬੁੱਕਾਂ 'ਤੇ ਤੂੰ ਗੰਦ ਪਾਇਆ ਹੈ, ਅਜੇ ਵੀ ਤੇਰੀ ਮਸਤੀ ਉਤਰੀ ਨਹੀਂ। ਸੱਚ ਜਾਣ, ਜਦੋਂ ਜੰਗਲ ਨੂੰ ਅੱਗ ਲੱਗ ਜਾਏ ਨਾ, ਤਾਂ ਹਰ ਪ੍ਰਾਣੀ ਇਹ ਕੋਸ਼ਿਸ਼ ਕਰਦਾ ਵੀ ਅੱਗ ਬੁਝੇ, ਮਗਰ ਅਜੇ ਵੀ ਕਈ ਬਦਨਸੀਬ ਰੂਹਾਂ ਨੇ ਜਿਹੜੀਆਂ ਚੰਗਿਆਰੀਆਂ ਸੁੱਟ ਰਹੀਆਂ, ਨਾਸਤਿਕਤਾ ਫੈਲਾ ਰਹੀਆਂ। ਜੇ ਰੱਬ ਹੈਗਾ ਤਾਂ ਫਲਾਣਾ ਕਿਉਂ ਮਰ ਗਿਆ? ਭਾਈ ਇਹ ਬਾਣੀ 'ਚ ਕਰੋੜ ਸਾਲ ਪਹਿਲੋਂ ਲਿਖਿਆ ਹੈ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣੇ ਅੱਗੇ ਮਿਲਣ ਕਿ ਨਾ, ਇਹ ਗੱਲ ਪੁੱਛੋ ਅੱਗੇ ਮਿਲਾਪ ਕੇ ਦਾਉਣਾ, ਮਰ ਤਾਂ ਸਾਰਿਆਂ ਜਾਣਾ ਹੈ, ਇਹਦੇ 'ਤੇ ਕਾਹਦੀਆਂ ਟੀਕਾ ਟਿੱਪਣੀਆਂ, ਇਹ 'ਤੇ ਕਾਹਦੇ ਕੋਮੈਂਟ। ਸਾਹਿਬ ਜੀ ਕਹਿੰਦੇ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗੇ ਉਗਾਹ, ਉਗਾਹ ਕਹਿੰਦੇ ਗਵਾਹ ਨੂੰ, ਵਿਟਨੈਸ, ਤੇਰੀ ਗਵਾਹੀ ਦੇਣਗੇ, ਜਾ ਕੇ ਕਹਿਣਗੇ ਮੈਂ ਵੇਖਿਆ ਇਹਨੂੰ ਅੰਮ੍ਰਿਤ ਵੇਲੇ ਉੱਠਦੇ ਨੂੰ, ਤੇਰੇ ਚੰਗੇ ਕੰਮ, ਤੇਰੀ ਰਹਿਤ ਜਾ ਕੇ ਦੱਸੂਗੀ ਉੱਥੇ। ਰਹਿਤ ਇੱਕ ਜਿਉਂਦਾ ਜਾਗਦਾ ਪੱਖ ਹੈ, ਰਹਿਤ ਇੱਕ ਜਿਉਂਦਾ ਜਾਗਦਾ ਸਿਧਾਂਤ ਹੈ, ਜਿਹੜਾ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਕਹੂਗਾ, ਹਾਂ ਮਹਾਰਾਜ
ਮੈਂ ਗਵਾਹੀ ਦੇਣਾ ਵਾਂ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੁਹਾਡੀ ਯਾਦ ਵਿੱਚ ਜੁੜਦਾ ਸੀ ਅਤੇ ਰੋਜ਼ ਹੱਥ ਵਿੱਚ ਦਾੜਾ ਫੜ ਕੇ ਕਹਿੰਦਾ ਸੀ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ। ਰੋਜ਼ ਕਹਿੰਦਾ ਸੀ ਜਾਨ ਆਪਣਾ ਮੁਝੇ ਨਵਾਜ਼ ਆਪ ਕਰੋ ਹਮਰੇ ਸਭ ਕਾਵ ਤੁਝ ਹੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜ ਦਾਸ ਜਾਨ ਪਰ ਕਿਰਪਾ ਕਰੋ ਮੋਏ ਹਾਰ ਪਰਾ ਮੈਂ ਆਨ ਦਵਾਰ ਤੋਏ। ਇਹ ਰੋਜ਼ ਤਰਲੇ ਪਾਉਂਦਾ ਸੀ ਜੀ ਮੈਂ ਗਵਾਹੀ ਦੇਣਾ ਤੇਰੇ ਚੰਗੇ ਕੰਮ ਅਮਲ ਜੇ ਕੀਤੇ ਆ ਦੁਨੀਆਂ ਵਿੱਚ ਸੇ ਦਰਗੇ ਉਗਾ ਇਹ ਤੇਰੀ ਗਵਾਹੀ ਭਰਨਗੇ ਚੰਗੇ ਕੀਤੇ ਹੋਏ ਕੰਮ। ਬੰਦਿਆ ਹਰ ਵਕਤ ਹਰ ਘੜੀ ਬੰਦੇ ਨਾ ਖਿਦਮਤ ਵਸਾਰ ਸੇਵਾ ਕਰਿਆ ਕਰ ਨਿਮਰਤਾ ਵਿੱਚ ਰਿਹਾ ਕਰ ਸਿਰ ਨੀਵਾਂ ਰੱਖਿਆ ਕਰ। ਹਾਥੀ ਵਾਲੀ ਗੱਲ ਤੂੰ ਸੁਣੀ ਊਠ ਦੇ ਨੱਕ ਵਿੱਚ ਨੱਥ ਪੈਂਦੀ ਕਿਉਂਕਿ ਉਹਨੇ ਸਿਰ ਤਾਂ ਚੁੱਕਿਆ ਹੈ ਹਾਥੀ ਦੇ ਨੱਕ ਵਿੱਚ ਕੋਈ ਨੱਥ ਨਹੀਂ ਕਿਉਂਕਿ ਉਹਨੇ ਸਿਰ ਨੀਵਾਂ ਕੀਤਾ ਹੈ। ਬੰਦਿਆ ਸਿਰ ਨੀਵਾਂ ਕਰਦੇ ਰੱਬ ਦੇ ਅੱਗੇ ਕੀਤੇ ਹੋਏ ਚੰਗੇ ਕੰਮ ਤੇਰੀ ਗਵਾਹੀ ਦੇਣਗੇ। ਫੇਸਬੁੱਕ ਰਾਹੀਂ ਗੁਰਮੁਖ ਰੂਹਾਂ ਸੁਣਦੀਆਂ ਤੁਹਾਨੂੰ ਸਾਰਿਆਂ ਨੂੰ ਤਰਲਾ ਹੈ। ਅੱਜ ਦੀ ਰਾਤ ਵਿਅਰਥ ਨਾ ਗਵਾਇਓ, ਕੱਲ੍ਹ ਦੀ ਰਾਤ ਵਿਅਰਥ ਨਾ ਗਵਾਇਓ। ਅੰਮ੍ਰਿਤ ਵੇਲੇ ਉੱਠਿਓ, ਇਸ਼ਨਾਨ ਕਰਿਓ। ਕੋਈ ਬੋਲ ਬੋਲਣ ਲੱਗਾ ਮੂੰਹ ਦੇ ਵਿੱਚੋਂ, ਇਨਸਾਨ 100 ਵਾਰ ਸੋਚੇ। ਮਹਾਤਮਾ ਕਹਿੰਦੇ ਹੁੰਦੇ ਸੀ ਬੰਦਿਆ ਬੋਲਿਆ ਹੋਇਆ ਬੋਲ ਹੋ ਸਕਦਾ ਤੇਰਾ ਆਖਰੀ ਬੋਲ ਹੋਵੇ, ਅਤੇ ਤੇਰੇ ਮਰਨ ਤੋਂ ਬਾਅਦ ਜਦੋਂ ਕਿਹੜੀ ਤੇਰੀਆਂ ਕਹਾਣੀਆਂ ਪੈਣ ਅਤੇ ਤੇਰੀ ਗੱਲ ਕਰਦਿਆਂ ਕੋਈ ਆਖੇ, ਉਹ ਬੰਦਾ ਰੱਬ ਨੂੰ ਚੈਲੰਜ ਕਰਦਾ ਸੀ। ਉਹ ਬੰਦਾ ਆਹ ਬੋਲ ਬੋਲਣ ਡਿਆ ਸੀ, ਬੰਦਿਆ ਰੱਬ ਤੋਂ ਡਰ, ਨਰ ਅਚੇਤ ਪਾਪ ਤੇ ਡਰ ਰਹੇ। ਉਹ ਗੁਨਾਹਾਂ ਭਰੀਆਂ ਗੱਲਾਂ ਕਰਨ ਤੋਂ ਡਰ, ਬੰਦਿਆ ਰੱਬ ਦੇ ਚਰਨਾਂ ਨਾਲ ਜੁੜ, ਹੋਰਨਾਂ ਨੂੰ ਜੋੜ। ਤਰਲਾ ਪਾਏ ਸਾਰਾ ਸੰਸਾਰ ਰੱਬ ਰੱਬ ਜੱਪਣਾ ਸ਼ੁਰੂ ਕਰਦੇ, ਸੱਭੇ ਜੀ ਸੰਭਾਲ ਆਪਣੀ ਮਿਹਰ ਕਰ। ਸਾਰਿਆਂ ਜੀਆਂ ਨੂੰ ਰੱਬ ਚੇਤੇ ਆਵੇ, ਸਾਰੇ ਜੀ ਰੱਬ ਦੇ ਚਰਨਾਂ ਨਾਲ ਜੁੜਨ, ਸਾਰਿਆਂ ਦਾ ਭਲਾ, ਸਾਰਿਆਂ ਦੇ ਕਾਰਜ ਰਾਸ ਹੋਣ। ਸਤਿਗੁਰੂ ਗਰੀਬ ਨਿਵਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੀਰੀ ਪੀਰੀ ਦੇ ਮਾਲਕ, ਕੋੜਿਆਂ ਦੇ ਕੋੜ ਦੂਰ ਕਰਨ ਵਾਲੇ ਸਤਿਗੁਰੂ ਗਰੀਬ ਨਿਵਾਜ, ਹਰ ਪ੍ਰਾਣੀ ਨੂੰ ਦੇਹ ਰੋਗਤਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।